ਭਾਅ ਜੀ ਸ਼ੁਰੂ ਕੀਤਾ ਸੀ ਸਭ ਤੋਂ ਪਹਿਲੇ ਫਾਸਟ ਫੂਡ ਦਾ ਜੀ ਆਪਣਾ ਕੰਮ ਓਕੇ ਉਦੋਂ ਲੋਕਡਾਊਨ ਹੋਇਆ ਸੀ ਠੀਕ ਹੈ ਜੀ ਤੇ ਬਸ ਗੱਲ ਹੋਈ ਸੀ ਚੀਜ਼ ਸਾਫ ਸੁਥਰੀ ਸੀ ਤੇ ਉਹਦਾ ਮੁੱਲ ਪੈ ਨਹੀਂ ਰਿਹਾ ਸੀ ਠੀਕ ਹੈ ਜੀ ਸਾਲ ਖੰਡ ਕੀਤਾ ਫਿਰ ਛੱਡਤਾ ਜੀ ਓਕੇ ਜੀ ਛੱਡ ਦੀ ਗੱਲ ਕਰਤੀ ਆਟੋ ਦੇ ਉੱਪਰ ਮੈਨੂਫੈਕਚਰ ਕੀਤਾ ਸੀ ਮਤਲਬ ਮੋਡੀਫਾਈ ਆਟੋ ਕਰਕੇ ਨਾ ਖੁਦ ਹੀ ਫਾਦਰ ਸਾਹਿਬ ਨੇ ਆਟੋ ਮੋਡੀਫਾਈ ਕਰਕੇ ਉਹਤੇ ਤਿਆਰ ਕੀਤਾ ਸਾਲ ਖੰਡ ਉਹ ਕੀਤਾ ਫਿਰ ਪੈਟਰੋਲ ਪੰਪ 'ਤੇ ਛਾਲ ਮਾਰਤੀ ਜੀ ਠੀਕ ਹੈ ਜੀ ਜਦੋਂ 6 ਮਹੀਨੇ ਤਾਂ ਧੁੱਪ 'ਚ ਕੱਢੇ ਫਿਰ ਬਿਲਕੁਲ ਓਕੇ ਕੜ ਕਦੀ ਧੁੱਪ 'ਚ ਦੇਖਿਆ ਹੀ ਨਹੀਂ ਕੀ ਹੈ ਕੀ ਹਿਸਾਬ ਤਾਬ ਨਹੀਂ ਆਉਂਦੇ ਜਾਂਦੇ ਫੌਜਾਂ ਦੇ ਦਰਸ਼ਨ ਹੋ ਜਾਂਦੇ ਸੀ ਅਤੇ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਕਿਰਪਾ ਕੀਤੀ ਉੱਥੋਂ ਛੱਡ ਕੇ ਫਿਰ ਪੋਲਿਊਸ਼ਨ ਸਾਲ ਖੰਡ ਕਰਕੇ ਫਿਰ ਪੋਲਿਊਸ਼ਨ 'ਤੇ ਗਏ ਫਿਰ ਉੱਥੇ ਕੀਤਾ 6-7 ਮਹੀਨੇ ਜੀ ਠੀਕ ਹੈ ਜੀ ਜਦੋਂ ਉੱਥੇ ਦੇ ਸਾਰੇ ਗੁਣ ਆ ਗਏ ਫਿਰ ਛਾਲ ਮਾਰਤੀ ਜੱਗੀ ਸਿਟੀ ਸੈਂਟਰ ਜੀ ਠੀਕ ਹੈ ਜੀ ਹੁਣ ਦੇਖੋ ਮਹਾਰਾਜ ਜਦੋਂ ਤੱਕ ਦਾਣਾ ਪਾਣੀ ਲਿਖਿਆ ਜਹਾਂ ਦਾਣੇ ਤਹਾਂ ਖਾਣੇ ਦੇਖੋ ਹੁਣ ਕਿੱਧਰ ਉੱਡ ਜਾਈਏ ਕਿਆ ਬਾਤ ਹੈ ਤਾਂ ਮਤਲਬ ਸਾਰੇ ਕੰਮ ਕਰ ਕਰਕੇ ਲਾਸਟ ਮੈਂ ਇਹ ਅਭੀ ਆ ਚੁੱਕੇ ਹਾਂ ਮਹਾਰਾਜ ਦੀ ਕਿਰਪਾ ਸਦਕਾ ਸਾਡੀ ਬੁਕਤ ਨਹੀਂ ਜੀ ਕਾਕੇ ਵੈਫਰ ਕਾ ਬਈ ਕਿਆ ਬਾਤ ਥੋੜ੍ਹਾ ਆਪਣੀ ਇੱਕ ਵਾਰ ਟਾਈਮਿੰਗ ਦੱਸ ਦਿਓ ਟਾਈਮਿੰਗ ਕੀ ਰਹਿੰਦੀ ਹੈ ਇੱਥੇ ਟਾਈਮਿੰਗ ਭਾਅ ਜੀ ਸਵੇਰੇ 10-11 ਵਜੇ ਓਪਨ ਹੋ ਜਾਂਦਾ ਓਕੇ ਪੂਰਾ ਮੋਲ ਹੀ ਤੁਹਾਨੂੰ 11 ਵਜੇ ਪੂਰਾ ਓਪਨ ਮਿਲੇਗਾ ਠੀਕ ਹੈ ਜੀ ਅਤੇ ਫਿਰ ਰਾਤੀ 12-12:30 1-2 ਵਜੇ ਤੱਕ ਠੀਕ ਹੈ ਔਰ ਤੱਕ ਰਹੇ ਮੋਸਟ ਫੇਮਸ ਕੀ ਹੈ ਤੁਹਾਡੇ ਕੋਲ ਜੀ ਮਤਲਬ ਲੋਕ ਕੀ ਖਾਣਾ ਜ਼ਿਆਦਾ ਪਸੰਦ ਕਰਦੇ ਸਾਡੇ ਕੋਲ ਕਸਟਮਰ ਦੀ ਡਿਮਾਂਡ ਜਿੱਦਾਂ ਦੀ ਡਿਮਾਂਡ ਉੱਦਾਂ ਦੀ ਚੀਜ਼ ਤਿਆਰ ਕਰਕੇ ਦੇਵਾਂਗੇ ਅਸੀਂ ਕਿਆ ਬਾਤ ਥੋੜ੍ਹੇ ਜਿਹਾ ਆਲਮੰਡ ਹੋਰ ਲਿਆਓ ਵੀ ਕਾਕਾ ਗੱਲ ਬਣੀ ਨਹੀਂ ਮਾੜਾ ਮਜ਼ਾ ਨਹੀਂ ਆਇਆ ਸਾਰੇ ਖਾਲੀ ਕਰ ਦਿੱਤਾ ਹੈ ਭਾਅ ਜੀ ਕੀ ਪਾਤਾ ਹੁਣ ਹਾਂਜੀ ਡਰਾਈ ਫਰੂਟ ਹਾਂ ਭਾਅ ਜੀ ਆਲਮੰਡ ਜਿਹੜੇ ਇਹਦੇ ਜਾਣੇ ਆ ਠੀਕ ਹੈ ਜੀ ਕਿਉਂਕਿ ਸਮੂਥਨੈਸ ਆ ਚੁੱਕੀ ਹੁਣ ਇਹਦੇ 'ਚ ਬਿਲਕੁਲ ਮਖਮਲੀ ਟਾਈਪ ਦਾ ਹੋਏਗਾ ਤੁਹਾਡੇ ਮੂੰਹ 'ਚ ਆ ਕੇ ਜੀ ਇਹ ਦੁਬਾਰਾ ਆ ਗਿਆ ਜੀ ਸ਼ੀਤਲ ਜਲ ਬਿਲਕੁਲ ਆਪ ਜੀ ਦੇ ਮੂੰਹ 'ਚ ਰੱਖਦੇ ਹੀ ਬਿਲਕੁਲ ਮੈਲਟ ਹੋਏਗਾ ਜੀ ਕਿਆ ਬਾਤ ਲਓ ਜੀ ਮਹਾਰਾਜ ਆਈਟਮ ਸਾਡੀ ਹੋ ਚੁੱਕੀ ਹੈ ਹੁਣ ਅਸੀਂ ਇਹਨੂੰ ਇੱਥੇ ਆ ਕੇ ਮੇਨ ਕੰਮ ਹੋ ਜਾਂਦਾ ਜੀ ਠੀਕ ਹੈ ਜੀ ਇਹ ਸਭ ਤੋਂ ਇੱਥੇ ਮਾਰ ਖਾ ਗਿਆ ਬਸ ਸਮਝੋ ਹੋ ਗਿਆ ਕੰਮ ਜੀ ਇਹਦੀ ਸਕੂਪਿੰਗ ਦੀ ਗੋਲਾਈ ਚੌੜਾਈ ਦੇਣੀ ਪੈਂਦੀ ਭਾਅ ਜੀ ਇੱਥੇ ਓਕੇ ਕਿ ਆਈਸਕ੍ਰੀਮ ਹੋਣੀ ਹਾਰਡਲੀ ਜਮਾਈ ਅਸੀਂ ਭਾਅ ਜੀ ਇੱਕ ਵਾਰੀ ਐਡਰੈਸ ਸਮਝਾ ਦਿਓ ਆਪਣਾ ਅੰਬਾਲੇ 'ਚ ਕਿੱਥੇ ਐਡਰੈਸ ਭਾਅ ਜੀ ਇਹ ਅਸੀਂ ਅਗਰ GT ਰੋਡ ਤੋਂ ਆਈਏ ਠੀਕ ਹੈ ਜੀ ਤਾਂ ਇਹ ਹਾਈਵੇ ਦੇ ਉੱਪਰ ਹੀ ਪੈਂਦਾ ਜੱਗੀ ਸਿਟੀ ਸੈਂਟਰ ਜੀ ਓਕੇ ਜੀ ਦਾ ਡ੍ਰੀਮ ਕ੍ਰੀਮਰੀ ਜੱਗੀ ਸਿਟੀ ਸੈਂਟਰ ਠੀਕ ਹੈ ਉਹ ਸਿੱਖਣਾ ਆਇਆ ਸੀ ਜੀ ਜਦੋਂ ਇਹ ਸਿੱਖ ਗਏ ਫਿਰ ਦੇਖੋ ਕਿੱਧਰ ਮਹਾਰਾਜ ਕਿਰਪਾ ਕਰਦੇ ਅਸੀਂ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਜੀ ਸਹੀ ਜੇ ਸਿੱਖਣਾ ਛੱਡਤਾ ਸਮਝੋ ਜ਼ਿੰਦਗੀ ਤੋਂ ਹਾਰ ਗਏ ਜੀ ਕਿਆ ਬਾਤ ਹਾਰਨਾ ਨਹੀਂ ਮਹਾਰਾਜ ਜੀ ਅਤੇ ਹਾਰਨਾ ਕਿਵੇਂ ਨਹੀਂ ਹੈ ਉਹ ਜਿਹੜਾ ਇੱਕ ਗੋੜ ਹੈ ਉਹ ਕਦੇ ਨਹੀਂ ਹਾਰਦਾ ਅਤੇ ਉਹਦੀ ਜਿਹੜੀ ਅਸੀਂ ਫਤਿਹ ਬੁਲਾਉਂਦੇ ਹਾਂ ਕਿਆ ਬਾਤ ਹੈ ਉਹ ਕਦੇ ਨਹੀਂ ਹਾਰਦਾ ਜੀ ਫਤਿਹ ਉਹਦੀ ਹਮੇਸ਼ਾ ਹੁੰਦੀ ਹੈ ਅੱਛਾ ਟੋਪਿੰਗ ਕਰਦੀ ਇਹਦੇ ਉੱਪਰ ਹਾਂਜੀ ਹਾਂਜੀ ਭਾਅ ਜੀ ਕੀ ਆ ਰਿਹਾ ਹੈ ਭਾਅ ਜੀ ਸਭ ਤੋਂ ਪਹਿਲੇ ਤਾਂ ਵਾਈਟ ਚੋਕਲੇਟ ਕਿਉਂਕਿ ਚੋਕਲੇਟ ਦੂਸਰਾ ਨਹੀਂ ਹੈਗਾ ਇਹ ਕਿਉਂਕਿ ਕੇਸਰ ਬਦਾਮ ਦੇ ਵਿੱਚ ਇਸ ਕਰਕੇ ਵਾਈਟ ਚੋਕਲੇਟ ਠੀਕ ਰਹੇਗੀ ਇੱਥੇ ਠੀਕ ਹੈ ਜੀ ਔਰ ਆਪ ਜੀ ਬਾਕੀ ਦੱਸੋ ਬਾਕੀ ਤੁਹਾਡੀ ਚੋਇਸ ਦੀ ਕਰ ਦਿਓ ਜੋ ਵੀ ਤੁਹਾਨੂੰ ਵਧੀਆ ਲੱਗਦਾ ਹਲਕੇ ਜੇ ਨਟਸ ਵੀ ਪਾ ਦਿੰਦੇ ਇਹਦੇ ਨਾਲ ਆਲਮੰਡਸ ਤੇ ਆਲਰੇਡੀ ਹੈ ਸਪ੍ਰਿੰਕਲਰਸ ਹਾਂਜੀ ਸਰ ਦੇਖ ਰਹੇ ਔਰ ਸਭ ਤੋਂ ਐਂਡ ਇਹ ਫਲੈਗ ਉਸ ਤੋਂ ਬਾਅਦ ਇਹਨੂੰ ਇਸ਼ਨਾਨ ਕਰਾਵਾਂਗੇ ਭਾਅ ਜੀ ਕਿਆ ਬਾਤ ਹੈ ਫਿਰ ਸੋ ਫਿਰ ਸੇ ਇਸ ਕੋ ਇਸ਼ਨਾਨ ਜੋ ਹੈ ਉਹ ਕਰਵਾਇਆ ਜਾਏਗਾ ਜੀ ਬਿਲਕੁਲ ਇਹ ਆਈਸਕ੍ਰੀਮ ਹਾਰਡ ਰਹੇਗੀ ਆਪ ਜੀ ਥੋੜੀ ਜੀ ਤੋ ਇਹ ਇਸ ਕੋ ਇਸ਼ਨਾਨ ਜੋ ਹੈ ਉਹ ਕਰਵਾ ਦਿਆ ਗਿਆ ਹੈ ਇਹ ਜੀ ਖੁਸ਼ੀਆਂ ਦੇ ਜਗਰੇ ਗਜਾ ਮੈਨੇ ਆਲੋ ਜਾਵੇ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਮਾਤਾ ਸਾਹਿਬ ਦੇਵਾ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਨਾਲ ਠੱਗਦੇ ਨੇ तो बड़े प्यार से ये आइसक्रीम जो है आपको खिलाते हैं तो कभी भी अगर आप अंबाला में आसपास हो तो यहाँ पे मस्ट रिकमेंडेड प्लेस है यहाँ पे आके बिल्कुल ट्राई कीजिएगा तो हम भी इसको ट्राई करके बताएंगे कि टेस्ट इसका जो है वो कैसा रहने वाला है भाई माइक